टेंशन ना ली ठीक है ना हुण तेरी टेंशन साडी टेंशन है बहुत बारी देख लिया सी हुण तू मैनू एक गल दस भी तैने तलाक लेना है जां उसे दे बसना है ना भाजी तलाक की गल ना करो जे मैं तलाक ले लिया तो उन्होंने मैनू मुंडा नहीं देना मुंडा रख लेना मेरा मैं जवाक बिना किवें रहूंगी गल तो भाजी तेरी ये भी सियानी है तेरी जगह कोई होर कुड़ी हुंदी ओ तां कही दिंदी भी मैनू तलाक ही दवा दो तो मेरी गल सुन परौणा तां चल जाए जा हैगा हैगा तेरी सस तां तेरे नाल होणी है कानू है पुत्र ओ तो तू भी बारा ताली है उंगलियां तां सस्सी लाउंदी है ओ ओदे मगर लगदा हैगा सरपंच साहब सानू पता तां हैगा नशा बहुत खांदा ओ अच्छा आपदे 8 किले ते 2 किले तां ओदे विच गया नाले इन्हां नू खाई जांदा जिहड़ी बुढ़ी आ ओह आपदे पुत्त नू कुछ कहिंदी ही नहीं ना कहिण देवे धन तां इह कुड़ी दा जिहड़ी अहुण आई आ उरे तिन चार गल कुटदी तैनूं पता तां हैगा दस्सिया सारा कुछ उहनूं फिर तां सारा टब्बर इक पासे हो रिहा है इक पासे आ देख वी जग्गिया लोट आउंदा ठीक है नहीं तां फिर बुला के SHO नूं ठीक है ना इहनूं चुका के थाणे च इहदे मैं इहो जी पटा परेट कराऊंगा मुड़ के इहने जिंदगी च कदे कुड़ी कणी उंगल वी नहीं करनी ਉਹਨੂੰ ਸਰਪੰਚ ਸਾਹਿਬ ਤਾਂ ਹੀ ਤਾਂ ਕਿਹਾ ਮੈਂ ਐ ਨਹੀਂ ਸੁਧਰਦਾ ਉਹ ਕਟਾਉਣਾ ਪੂ ਤਾਂ ਕਟਾਉਣਾ ਪੂ ਹਾਂ ਪਤਾ ਕੀ ਆ ਬਾਈ ਜੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਤਾਂ ਐ ਪੈਰਾਂ 'ਚ ਬਹਿ ਕੇ ਮਾਫੀਆਂ ਮੰਗ ਲੈਂਦਾ ਦੂਜੇ ਬੰਦੇ ਨੂੰ ਐ ਲੱਗਦਾ ਵੀ ਇਹ ਦੁਬਾਰਾ ਕੁਸਕਦਾ ਹੀ ਨਹੀਂ ਫੇਰ ਉਸੇ ਲੜਦੇ ਆ ਜਾਂਦਾ ਲੈ ਫਿਰ ਹੁਣ ਇਹ ਮੇਰੀ ਟੈਨਸ਼ਨ ਹੈ ਤੂੰ ਨਾ ਪਾਈ ਟੈਨਸ਼ਨ ਲਈ ਹੁਣ ਬਿਲਕੁਲ ਵੀ ਆ ਮੈਨੂੰ ਵਿਆਹ ਆਇਆ ਹੁੰਦੇ ਨਾਲੇ ਨਿਮੇੜੇ ਹੁੰਦੇ ਰੌਲਾ ਹਾਂ ਠੀਕ ਆ ਨਾ ਤੇਰੀ ਟੈਨਸ਼ਨ ਹੁਣ ਸਾਡੀ ਟੈਨਸ਼ਨ ਹੈ ਸਰਪੰਚ ਸਾਹਿਬ ਕੋਈ ਗੱਲ ਨਹੀਂ ਤੁਸੀਂ ਵਿਆਹ 'ਚ ਆਇਓ 2 ਦਿਨ ਤੁਹਾਨੂੰ ਦਿੱਤੇ 2 ਦਿਨਾਂ ਦੇ ਵਿੱਚ ਹੱਲ ਕਰੂ ਬਸ 2 ਦਿਨਾਂ 'ਚ ਤੇਰਾ ਹੱਲ ਕਰ ਦਾਂਗੇ ਕੁੜੀ ਹੋਰ ਦੱਸ ਠੀਕ ਆ ਜੱਗਿਆ ਚਲੋ ਠੀਕ ਆ ਠੀਕ ਆ ਫਿਰ ਹੈ ਚੰਗਾ ਭਾਈ ਚੰਗਾ ਜੀ ਚਲੋ ਠੀਕ ਆ ਸਰਪੰਚ ਸਾਹਿਬ ਮੇਰੀ ਗੱਲ ਸੁਣ ਹੁਣ ਜਮਾ ਜਨਤਾ ਨਾ ਕਰ ਸਰਪੰਚ ਸਾਹਿਬ ਆਪਣੇ ਨਾਲ ਨੇਗੇ ਆਪਣੇ ਤੋਂ ਤਾਂ ਜਮਾ ਬਾਹਰ ਨਹੀਂ ਹੈਗੇ ਨਾਲੇ ਇੱਕ ਗੱਲ ਹੋਰ ਕਿਤੇ ਇਹ ਨਾ ਹੋਵੇ ਮੁੜ ਕੇ ਥਾਣੇ 'ਚ ਸਰਪੰਚ ਦੀ ਪਿੱਠ ਲਵਾ ਦੋ ਵਿਚਾਰ ਕ ਪਈਆਂ ਉਹਦੇ ਤੇ ਤੁਸੀਂ ਕਹੋ ਛੱਡ ਦੋ ਜੀ ਫਿਰ ਮੁੜ ਕੇ ਬੰਦਾ ਦੁਬਾਰੇ ਤੁਰਦਾ ਨਹੀਂ ਹੁੰਦਾ ਨਾਲ ਮੈਂ ਤਾਂ ਕਹਿੰਦੇ ਫੜਦਾ ਨਹੀਂ ਧੱਕੇ ਪੈ ਗਏ ਹੋ ਤੋਂ ਨਾ ਹੋਰ ਮੇਰੀ ਗੱਲ ਸੁਣ 8 ਕਿੱਲੇ ਜ਼ਮੀਨ ਦੇ ਸੀ ਝੋਟੇ ਦੇ ਸਿਰ ਵਰਗੀ ਜ਼ਮੀਨ ਸੀਗੀ ਹੈ ਤੇ 2 ਵੇਚਦੇ ਨਹੀਂ ਅੱਜ ਕੱਲ੍ਹ ਤਾਂ 2 ਕਿੱਲਿਆਂ ਦਾ ਵੀ ਰਾਜ ਹੈਗਾ ਉਹ ਤਾਂ ਫੇਰ ਇੰਨਾ ਕੁਛ ਕਰਦਾ ਮੇਰੀ ਗੱਲ ਸੁਣ ਪੁੱਤ ਮੇਰੇ ਹੱਥ ਲੰਨ ਕੇ ਬੇਨਤੀ ਹੈ ਮੇਰੀ ਤਾਂ ਨਾ ਜਿਹਦੀ ਧੀ ਦੁਖੀ ਹੈ ਉਹਦੀ ਕੁੱਲ ਦੁਖੀ ਹੈ ਮੈਂ ਤੁਹਾਡੇ ਮੂਹਰੇ ਹੱਥ ਪੈ ਗਈ ਚੁੰਨੀ ਧਰ ਜਾਂ ਮੇਰੀ ਧੀ ਨੂੰ ਤੁਸੀਂ ਕਿਵੇਂ ਨਾ ਕਿਵੇਂ ਕੋਈ ਹੱਲ ਕਰੋ ਤੁਸੀਂ ਇਹ ਮੇਰੀ ਓਹੋ ਜੇ ਤੇ ਨਾ ਤਾਂ ਹੱਥ ਬੰਨਣ ਵਾਲੀ ਕੋਈ ਗੱਲ ਆ ਤੇ ਨਾ ਪੈਰੀ ਪੈਣ ਵਾਲੀ ਦੇਖੋ ਤੁਹਾਡੀ ਧੀ ਸਾਡੀ ਵੀ ਤਾਂ ਕੁਛ ਲੱਗਦੀ ਹੈ ਤਾਂ ਤੁਹਾਡੇ ਕੋਲ ਆਈਆਂ ਦੀਆਂ ਸਾਰੀਆਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਠੀਕ ਆ ਨਾ ਤੁਸੀਂ ਜਮਾ ਫਿਕਰ ਛੱਡ ਦਿਓ ਜਦੋਂ ਉਹਨੂੰ ਕੁੱਟ ਦਿੰਦੇ ਪੁੱਤ ਮੈਂ ਤਾਂ ਬਿੱਲੀ ਵਾਂਗੂ ਲੂਹਦੀ ਫਿਰਦੀ ਆ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਉਹ ਤਾਂ ਪਤਾ ਹੀ ਆ ਜੀ ਮੈਨੂੰ ਹੁਣ ਜਿਹਦੀ ਧੀ ਦੁਖੀ ਹੋਵੇ ਮਾਂ ਨੂੰ ਕਿੱਥੇ ਨੀਂਦ ਆਉਂਦੀ ਆ ਠੀਕ ਆ ਜੱਗਿਆ ਸਰਪੰਚ ਸਾਹਿਬ ਕਿਹੜਾ ਤੁਹਾਨੂੰ ਮੈਂ ਫੋਨ ਕਰਿਆ ਸੀ ਯਾਦ ਆ ਤੁਹਾਡੇ ਆਪਣੇ ਥਾਣੇ 'ਚ ਇੱਕ ਮੁੰਡਾ ਛੜਵਾਇਆ ਸੀ ਹਾਂ ਨਸ਼ਾ ਵਾਲਾ ਉਹ ਟੀਕੇ ਲਾਉਂਦਾ ਸੀ ਹਾਂ ਉਹੀ ਬੰਦਾ ਜੀ ਅੱਛਾ ਉਹੀ ਮੁੰਡਾ ਜੱਗਿਆ ਇਹ ਉਹੀ ਆ ਇਹ ਠੀਕ ਹੈ ਘਰ ਵਾਲੀ ਨੂੰ ਪਤਾ ਨਾ ਇਹਦੀ ਮਾਂ ਨੂੰ ਪਤਾ ਕੁਛ ਨਹੀਂ ਪਤਾ ਕਿਸੇ ਨੂੰ ਅੱਛਾ ਮੈਂ ਨਮੇੜਤਾ ਜੋ ਉਹ ਲੈ ਉਦੋਂ ਵੀ ਨਾ ਜੱਗਿਆ ਇਹ ਜਦੋਂ ਟੀਕੇ ਲਾਉਂਦਾ ਸੀ ਇਹਦੀ ਜੇਬ 'ਚ ਨਸ਼ਾ ਸੀਗਾ ਜੇ ਉਦੋਂ ਫੜਿਆ ਜਾਂਦਾ ਨਾ ਇਹ ਜੇਲ੍ਹ 'ਚ ਉਈ 4-5 ਸਾਲ ਦੀ ਬਾਹਰ ਆਉਂਦਾ ਸੀ ਓਏ ਆਪਾਂ ਨੂੰ ਤਾਂ ਐਂ ਸੀ ਵੀ ਧੀ ਧਿਆਣੀ ਇਹਦੇ ਘਰ ਵਾਲੇ ਨੂੰ ਕੁਛ ਹੋ ਗਿਆ ਵਿਚਾਰੀ ਬਹੁਤ ਔਖਾ ਹੋ ਜਾਊਗਾ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਤੇ ਜੱਗਿਆ ਨਾਲੇ ਤੇਰੀ ਕਿਹੜਾ SHO ਮੋੜਦਾ ਹੈਨਾ ਉਹ ਤਾਂ ਠੀਕ ਆ ਤੇਰੀ ਮੇਰੀ ਇੱਕ ਤਾਂ ਗੱਲ ਹੈ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਵਿਆਹ 'ਚ ਆਇਓ ਹਾਂ ਫੇਰ ਕਰਦੇ ਆ ਆਪਾਂ ਆ ਗੱਲ ਸੁਣ ਭਾਈ ਮੇਰੀ ਰੋਟੀ ਟੁੱਕ ਤਾਂ ਖਾ ਲਿਆ ਕਿਤੇ ਭੁੱਖੀ ਤਾਂ ਨਹੀਂ ਹੈਗੀ ਨਾ ਰੋਟੀ ਤਾਂ ਮੈਂ ਖਵਾ ਕੇ ਦੇ ਆਉਂਦੀ ਨੇ ਹੋਰ ਕੀ ਪਤਾ ਲੱਗਦਾ ਜਵਾਕ ਅੜੀ ਐਵੇਂ ਟੈਨਸ਼ਨ ਦੇ ਵਿੱਚ ਵਿੱਚ ਰੋਟੀ ਵੀ ਨਾ ਖਾਵੇ ਲੈ ਭਾਈ ਮੇਰੀ ਗੱਲ ਸੁਣ ਲੈ ਇੱਕ ਸਰਪੰਚ ਨੇ ਜਿਹੜੀ ਗੱਲ ਕਹੀ ਆ ਜੇ ਤੇਰੇ ਘਰ ਵਾਲੇ ਤੈਨੂੰ ਫੋਨ ਫਾਨ ਕਰਕੇ ਨਾ ਹੱਥ ਹੁੱਥ ਜੋੜੇ ਜਾਂ ਉਰੇ ਆ ਕੇ ਪੈਰੀ ਹੱਥ ਲਾ ਦੇ ਸਾਡੇ ਬਗੈਰ ਨਮੇੜਨਾ ਨਹੀਂ ਹੈਗਾ ਕਿਤੇ ਫੇਰ ਕੁੱਟੂ ਤੈਨੂੰ ਉਹ ਨਾ ਨਾ ਤੂੰ ਹੁਣ ਆਹੋ ਇਹ ਤੇਰੇ ਪੂਰਾ ਡਰਾਮੇ ਇਹ ਗਲੀ ਚੱਲੇ ਫਿਰ ਪਤਾ ਕੀ ਆ ਪੋਲੇ ਪੈਰੀ ਨਵੇੜਾਂਗੇ ਨਾ ਤਾਂ ਉਹਨੂੰ ਤਾਂ ਆਏ ਹੋ ਜਾਣਾ ਮੈਨੂੰ ਕੋੜਾ ਕਿਸੇ ਨੇ ਕੁਛ ਕਿਹਾ ਹੈਗਾ ਹੁਣ ਮੇਰਾ ਇਹਨਾਂ ਨੇ ਕੀ ਵਿਗਾੜ ਲਿਆ ਹੁਣ ਇਹਨਾਂ ਨੇ ਮੇਰਾ ਕੀ ਕਰ ਲਿਆ ਉਹਦੇ ਜਿੰਨਾ ਚਿਰ ਕੰਦੀ ਹੱਥ ਨਹੀਂ ਲਵਾਉਂਦੇ ਉਹਨਾਂ ਚਿਰ ਉਹਨੇ ਸੂਤ ਨਹੀਂ ਆਉਣਾ ਉਹ ਤਾਂ ਨੂਰ ਪੈ ਗਈ ਫਿਰ ਉਦੋਂ ਵੱਧ ਕੁੱਟੂ ਇਹ ਤਾਂ ਨਹੀਂ ਉਹੀ ਤਾਂ ਗੱਲ ਹੈ ਤੇ ਮੇਰੀ ਗੱਲ ਸੋ ਸੱਚ ਮੁੰਡੇ ਨੂੰ ਤਾਂ ਨਹੀਂ ਕੁੱਟਦਾ ਕਿਤੇ ਤੂੰ ਆਪ ਕੋ ਹੋਰ ਜਵਾਬ ਉਹ ਤਾਂ ਬਰਾਬਦੀ ਲਾ ਲਾ ਤੈਨੂੰ ਪਤਾ ਹੈ ਕਿ ਗੱਲ ਹੈ ਹਾਂ ਜੀ ਹੋ ਜਾ ਮੇਰੀ ਧੀ ਕੁੱਟਣ ਨੂੰ ਚੱਲ ਕੋਈ ਨਹੀਂ ਕੋਈ ਨਹੀਂ ਚੱਲ ਕੋਈ ਗੱਲ ਨਹੀਂ ਚਾਚੀ सोहनी सुनखी कुड़ी है ਪਰ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹ ਬਸ ਨਸ਼ੇ ਵਾਲੇ ਨੂੰ ਪਤਾ ਨਹੀਂ ਲੱਗਦਾ ਮਿਲਵਾ ਤੂੰ ਵੀ ਉਦੋਂ ਗਲਤੀ ਕੀਤੀ ਆ ਜਦੋਂ ਥਾਣੇ ਵਾਲਿਆਂ ਨੇ ਪਹਿਲਾਂ ਫੜਿਆ ਸੀ
ਉਹਨੂੰ ਛੜਾਉਣਾ ਨਹੀਂ ਸੀ ਵਧੀਆ ਉਹਦੇ ਪਾਇ ਲੈਣ ਦਿੰਦਾ ਜਦੋਂ ਉਹਦੀ ਚਮੜੀ ਉਧੜਦੀ ਪਤਾ ਲੱਗ ਜਾਂਦਾ ਉਹਨੂੰ ਉਹ ਮਾਤਾ ਨੂੰ ਕੇਸ ਪੈ ਜੂਗਾ ਇੱਥੇ ਕੁੜੀ ਜੇ ਬਰੀਨ ਹੋ ਜਿਹੜੀ ਅਜੇ ਤਾਂ ਆਪਾਂ ਇਹਨਾਂ ਨੂੰ ਨਹੀਂ ਦੱਸਿਆ ਹੈਗਾ ਜੇ ਆਪਾਂ ਉਦੋਂ ਇਹਨਾਂ ਨੂੰ ਦੱਸ ਦਿੰਦੇ ਨਾ ਇਹ ਤਾਂ ਝੋਰੇ ਨਾਲ ਹੀ ਮਰ ਜਾਂਦਾ ਵਿਚਾਰਾ ਹੋਰ ਆ ਮੇਰੀ ਗੱਲ ਸੁਣੋ ਨਾ ਤੂੰ ਜ਼ਿਆਦਾ ਕੱਪਣਾ ਬਾਹਲੀਆਂ ਗੱਲਾਂ ਨਾ ਕਰ ਬਣਾਉਣੀਆਂ ਬਣਾਉਣੀਆਂ ਉਹ ਦਿਮਾਗ ਤਾਂ ਇਹਨਾਂ ਨੇ ਖਰਾਬ ਕਰਤਾ ਚੱਲ ਕੁਛ ਨਹੀਂ ਹੁੰਦਾ ਬਣਾਉਣੀਆਂ ਹਾਂ ਬੇ ਆ ਗਈ ਹਾਂ ਓਏ प्रचार चुगलियां करी ਚੰਗੀ ਕਿਉਂ ਵੀ ਤੇਰਾ ਬੰਦਾ ਭਾਲਦਾ ਫਿਰਦਾ ਸੀ ਤੈਨੂੰ ਓਹੋ ਨੀ ਉਹ ਤਾਂ ਮਾੜਾ ਜਿਹਾ ਮੈਂ ਇੱਧਰ ਉੱਧਰ ਹੋ ਜਾਣਾ ਉਦੋਂ ਬਸ ਗਲੀਆਂ ਛਾਨਣ ਲੱਗ ਜਾਂਦਾ ਨੀ ਮੈਂ ਤਾਂ ਨਾ ਟਰਾਲੀ ਗਈ ਸੀ ਮੈਂ ਤਾਂ ਦੁਕਾਨਾਂ ਦੇ ਵਾਗੀ ਸੀ ਕਿੱਥੇ ਵਾਗੀ ਸੀ ਦੁਕਾਨਾਂ ਤੇ ਯਾ ਉੱਥੇ ਦੁਕਾਨ ਨਹੀਂ ਲੱਗੇ ਆਪਣੇ ਬਾਹਰ ਮੰਡੀ 'ਚ ਉਹ ਬਾਹਰ ਮੰਡੀ 'ਚ ਹਾਂ ਨੀ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਨਹੀਂ ਰੋਕਦੀ ਹੈਗੀ ਵੀ ਤੂੰ ਦੁਕਾਨਾਂ ਤੇ ਜਾ ਨਾ ਵੀ ਜਾਂਦੀ ਜਾਂਦੀ ਉੱਥੇ ਬੰਦੇ ਨੂੰ ਤਾਂ ਦੱਸ ਜਾਂਦੀ ਉਹ ਟੋਲਦਾ ਫਿਰਦਾ ਸਾਰਾ ਪਿੰਡ ਛਾਣ ਮਾਰਿਆ ਉਹਨੇ ਹਜੇ ਤਾਂ ਇਹਨੂੰ ਕਹਿੰਦਾ ਸੀ ਨਾਲ ਚੱਲ ਮੈਂ ਮਰ ਜਾ ਲਾ ਦੱਸ ਨੀ ਇਹ ਤਾਂ ਆਇਆ ਕਰ ਦਿੰਦਾ ਵੀ ਜੇ ਮੈਂ ਪਤਾ ਨੀ ਖੋ ਗਈ ਲੈ ਸੱਚੀ ਹੁਣ ਮੈਨੂੰ ਕਿੱਥੇ ਲੱਭ ਜੀ ਉਧਰੋਂ ਤੇ ਟਰਾਲੀ ਆ ਗਈ ਨੀ ਮਾਤਾ ਫਟਾਫਟ ਐ ਹਲਾ ਨਹਾਈ ਧੋਈ ਸੀ ਕੱਪੜੇ ਪਾਏ ਚੜ ਗਈ ਨਾਲ ਉਹਨਾਂ ਦੇ ਨੀ ਮੇਰੀ ਗੱਲ ਸੁਣ ਜਾਂਦੀ ਜੁਦੀ ਨਾ ਕੋਲੇ ਤੇ ਅੱਟ ਥੱਲੇ ਚਾਬੀ ਰੱਖ ਜਿਆ ਕਰ ਉਹ ਇੱਥੇ ਫਿਰਦਾ ਸੀਗਾ ਬਾਹਰ ਬੈਠਾ ਸੀਗਾ ਨਾਲੇ ਬਾਈ ਕਿਸੇ ਗਵਾਂਢੀ ਨੂੰ ਦੱਸਿਆ ਕਰ ਫੇਰ ਉਹਨੂੰ ਪਤਾ ਲੱਗ ਜੂ ਨੀ ਮੇਰੀ ਗੱਲ ਸੁਣ ਗਵਾਂਢੀ ਕੋਈ ਐ ਨਹੀਂ ਹੁੰਦਾ ਵੀ ਚੋਰ ਹੁੰਦੇ ਨੇ ਚਾਬੀ ਮੈਨੂੰ ਫੜਾ ਜਾਂਦੀ ਮੈਂ ਉਹਨੂੰ ਕਹਿੰਦੀ ਭਾਈ ਜਿੰਦਾ ਖੋ ਤੇ ਬਹਿ ਜਾ ਆਜੂਗੀ ਨੀ ਤੈਨੂੰ ਪਤਾ ਉਹ ਦਾਰੂ ਪੀਣ ਦਾ ਮਾਰਾ ਨਾ ਐਂ ਨਹੀਂ ਪਤਾ ਘਰੋਂ ਚੱਕ ਕੇ ਕਿਹੜੀ ਚੀਜ਼ ਵੇਚਦੇ ਮੈਨੂੰ ਤਾਂ ਪੂਰਾ ਭਰੋਸਾ ਨਹੀਂ ਹੈਗਾ ਉਹਦੇ ਤੇ ਤੈਨੂੰ ਮੈਂ ਦੱਸਾਂ ਨੀ ਮੇਰੀ ਗੱਲ ਸੁਣ ਲਾ ਭਰੋਸਾ ਤਾਂ ਤੇਰੇ ਤੇ ਨਹੀਂ ਹੈਗਾ ਉਹ ਤਾਂ ਬਥੇਰਾ ਚੰਗਾ ਗਾ ਤੂੰ ਉਹਨੂੰ ਆਪ ਤਾਂ ਉਹੀ ਗੱਲਾਂ ਫੇਰ ਕਹੇਗੀ ਮੈਨੂੰ ਕਹਿੰਦੀ ਆ ਆਪ ਤਾਂ ਤੂੰ ਗਿਆਨ ਲੈਂਦੀ ਫਿਰਦੀ ਆ ਤੇ ਉਹਨੂੰ ਵਿਚਾਰੇ ਨੂੰ ਘਰੋਂ ਬਾਹਰ ਕਰੀ ਬੈਠੀ ਆ ਉਹਨੂੰ ਰੋਟੀ ਵੀ ਨਹੀਂ ਖਵਾਉਂਦੀ ਤੂੰ ਬਾਈ ਵਾਹ ਬਾਈ ਤੈਨੂੰ ਕੌਣ ਕਹਿੰਦਾ ਵੀ ਮੈਂ ਰੋਟੀ ਨਹੀਂ ਖਵਾਉਂਦੀ ਹੁਣ ਜਾ ਕੇ ਦੇਖ ਲੈ ਐਡਾ ਡੱਬਾ ਭਰਿਆ ਪਿਆ ਸਾਡਾ ਰੋਟੀਆਂ ਦਾ ਆਪ ਹੀ ਕਹਿੰਦਾ ਹੋ ਉਹਦੀ ਤਾਂ ਆਦਤਾ ਹੁਣ ਭਕਾਈ ਮਾਰਦਾ ਰਹਿੰਦਾ ਮੇਰੀ ਬੇਇੱਜ਼ਤੀ ਕਰਦਾ ਰਹਿੰਦਾ ਚੱਲ ਤੂੰ ਬਾਲਣਾ ਗੱਲਾਂ ਨਾ ਕਰ ਜਾ ਭੱਗ ਜਾ ਉਹ ਪਤਾ ਨਹੀਂ ਵਿਚਾਰਾ ਕਿੱਥੇ ਟੋਲਦਾ ਫਿਰਦਾ ਹੋਣਾ ਦੇਖ ਲੈ ਉਹਨੂੰ ਫਿਕਰ ਕਰਦਾ ਹੋਣਾ ਨਹੀਂ ਮੈਂ ਤਾਂ ਤੈਨੂੰ ਐ ਕਹਿਣਾ ਸੀ ਵੀ ਕੱਲ ਨੂੰ ਮੇਰੇ ਨਾਲ ਭੱਗ ਚੱਲੀ ਚੱਲ ਕੋਈ ਨਹੀਂ ਜੇ ਮੇਰੇ ਕੋਲ ਟਾਈਮ ਹੋਇਆ ਜ਼ਰੂਰ ਜਾਊਂਗੀ ਤੂੰ ਬਾਈ ਨੂੰ ਦੇਖ ਮੇਰਾ ਤਾਂ ਜੀ ਲੱਗ ਗਿਆ ਇੰਨੀ ਸੋਹਣੀ ਸਤਸੰਗ ਇੰਨੀ ਸੋਹਣੇ ਗਿਆਨ ਦਿੱਤੇ ਬਾਪੇ ਨੇ ਸੱਚੀ ਮੈਂ ਤਾਂ ਸੁਣ ਸੁਣ ਨਾ ਐ ਲਾ ਲੈ ਵੀ ਨਿਹਾਲ ਹੋ ਗਈ ਚੱਲ ਕੋਈ ਨਹੀਂ ਹੁਣ ਜਿਹੜੀਆਂ ਚਾਰ ਗੱਲਾਂ ਬਾਬੇ ਨੇ ਸਮਝਾਈਆਂ ਨਾ ਦਿਮਾਗ 'ਚ ਰੱਖੀ ਭੈਣੇ ਗਈ ਦਾ ਵੀ ਤਾਂ ਹੀ ਫਾਇਦਾ ਕਰ ਦੇ ਹਾਂ ਉਹ ਤਾਂ ਚੱਲ ਤਰੀ ਗੱਲ ਠੀਕ ਹੈ ਨਾਲੇ ਆਪੇ ਚਾਹ ਨੂੰ ਚਾਹ ਪਾਣੀ ਪਿਲਿਆ ਦੇ ਉਹੀ ਬਾਬਾ ਜਗਰ ਤਾਂ ਹਾਂ ਚੱਲ ਕੋਈ ਨਹੀਂ ਜਾ ਭੱਗ ਜਾ ਭੱਗ ਜਾ ਲੈ ਦੇਖ ਲਾ ਕਹੇ ਜੀ ਆ ਮਾਏ ਤਾਂ ਹੈਗਾ ਜੀ ਵਧੀਆ ਹੋਇਆ ਸਾਸੰਗ ਤੇ ਜਾਇਆ ਹੀ ਚਾਰ ਗੱਲਾਂ ਕੰਮ ਦਿਖਾ ਸਿੱਖਿਆ ਹੀ ਪਰ ਆ ਵੀ ਤਾਂ ਇਹਦੀ ਗਲਤੀ ਹੈ ਨਾ ਮੈਨੂੰ ਤਾਂ ਲੱਗਦਾ ਨਹੀਂ ਵੀ ਸਿੱਖ ਕੇ ਜੂ ਆ ਤੇਰੇ ਸਾਹਮਣੇ ਆ ਦੇਖਣੀ ਚੁਗਲੀਆਂ ਕਰਕੇ ਮੁੜੀ ਹੋਣੀ ਆ ਕੁਛ ਨਹੀਂ ਹੁੰਦਾ ਜੀ ਐਂ ਨਹੀਂ ਹੁੰਦਾ ਕਦੇ ਨਾ ਕਦੇ ਤਾਂ ਦਿਮਾਗ ਟਿਕਾਣੇ ਆ ਹੀ ਜਾਂਦਾ ਸਾਰਾ ਦਿਨ ਤਾਂ ਨਹੀਂ ਹੁਣ ਗੁੜ ਨੂੰ ਚੁਗਲੇ ਨਾ ਕਰਦੀਆਂ ਚੱਲ ਤੂੰ ਮੇਰੀ ਗੱਲ ਸੁਣ ਜ਼ਿਆਦਾ ਕੱਪ ਲੈ ਲੈ ਮੈਂ ਲਿਆਉਂਦੀ ਆ ਚੱਲ ਲੈ ਲੈ ਪਤਾ ਨਹੀਂ ਕਿੱਧਰ ਤੁਰ ਜਾਂਦੇ ਆ ਕਿੱਡਾ ਜੱਦਾ ਲਾ ਗਈ ਐਨੀ ਵੀ ਚਾਬੀ ਇੱਥੇ ਰੱਖ ਜਾ ਕਦੇ ਇੱਧਰ ਨੂੰ ਵਗ ਜਾਂਦੀ ਆ ਕਦੇ ਇੱਧਰ ਨੂੰ ਵਗ ਜਾਂਦੀ ਆ ਲੈ ਉਹ ਆ ਗਈ ਆ ਜਾਣ ਦੇ ਅੱਜ ਇਹਨੂੰ ਅੱਜ ਤਾਂ ਇਹਦੀ ਰੇਲ ਬਣਾ ਕੇ ਛੱਡੂਗਾ ਮੈਂ ਇੱਥੇ ਜਲੂਸ ਕੱਢੂਗਾ ਬੀਹੀ 'ਚ ਸਾਰਿਆਂ ਦੇ ਸਾਹਮਣੇ ਨਹੀਂ ਆ ਗਈ ਤੂੰ ਆਪਦੇ ਬੰਦੇ ਦਾ ਮਾੜਾ ਮੋਟਾ ਫਿਕਰ ਹੈਗਾ ਵੀ ਚਾਹ ਪਾਣੀ ਪੀਤਾ ਰੋਟੀ ਖਾਧੀ ਕਿ ਨਹੀਂ ਲਿਪ ਜੇ ਮੂੰਹ ਕਦੇ ਉਧਰ ਵਗ ਜਾਂਦੇ ਕਦੇ ਉਧਰ ਵਗ ਜਾਂਦੀ ਆ ਫਿਰ ਤੈਨੂੰ ਮੇਰਾ ਮੂੰਹ ਲਿਪਿਆ ਬੜਾ ਦੁਖਦਾ ਹੈ ਨਹੀਂ ਮਾੜਾ ਮੋਟਾ ਦੱਸ ਕੇ ਦਾ ਵਗ ਜਾ ਕਰ ਉਹ ਤੋਂ ਚਾਬੀ ਨਾਲ ਲੈ ਜਾਨੀ ਆ ਨਾ ਕੀ ਦੱਸ ਕੇ ਜਮਾ ਤੈਨੂੰ ਤੂੰ ਪੁੱਛਣ ਜੋਗਾ ਹੈਗਾ ਕੁਛ ਹੁਣ ਮੈਂ ਤੈਨੂੰ ਕਿੱਥੇ ਲੱਭਦੀ ਰਵਾਂ ਮਾਰਿਆ ਥਪੇੜਾ ਉੱਥੇ ਮਾਰੂ ਸੜਕ ਤੇ ਉੱਤੇ ਚੜਦੀ ਜਾਨੀ ਆ ਕੰਜਰਾ ਕਿਉਂ ਜਲੂਸ ਕੱਢਦਾ ਮਰਾ ਗਲੀ 'ਚ ਮੇਰੀ ਇੰਨੀ ਬਣੀ ਹੋਈ ਹੈ ਨਾ ਅੰਡ ਨਾ ਗਵੰਡ ਨਾ ਕੀ ਕਹਿਣ ਗਈਆਂ ਨਹੀਂ ਆਪਦੀ ਤਾਂ ਹੋ ਗਈ ਤੈਨੂੰ ਮੇਰੀ ਕੋਈ ਪਰਵਾਹ ਨਹੀਂ ਜਿਹੜਾ ਮੈਂ ਇੱਥੇ ਕਰਦਾ ਬੈਠਾ ਫਿਰ ਕੀ ਹੋ ਗਿਆ ਦੱਸ ਮੈਨੂੰ ਮੈਂ ਕਿੱਥੇ ਗਈ ਸੀ ਐਂ ਤਾਂ ਪੁੱਛ ਲੈ ਵੀ ਮੈਂ ਕਿੱਥੇ ਗਈ ਸੀ ਕਿੱਥੇ ਗਈ ਸੀ ਮੈਂ ਮਾਦਾ ਦਵਾਨਾ ਤੇ ਗਈ ਸੀ ਹੋਰ ਕਿੱਥੇ ਜਾਣਾ ਤੂੰ ਤਾਂ ਉਹੀ ਪਾਗਲਾ ਵਾਂਗੂ ਲੱਭਦਾ ਫਿਰਦਾ ਰਹਿੰਦਾ ਮੈਨੂੰ ਚੱਲ ਪ੍ਰਚਾਰ ਤਾਂ ਸੁਣਿਆ ਹੀ ਮਾੜਾ ਮੋਟਾ ਅਮਲ ਵੀ ਕਰ ਲਿਆ ਕਰ ਤੇ ਬਥੇਰਾ ਬਥੇਰਾ ਅਮਲ ਕਰਦੀ ਆ ਮੈਂ ਉੱਥੇ ਪਤਾ ਕਿੰਨੇ ਵਧੀਆ ਗਿਆਨ ਦਿੱਤੇ ਨੇ ਬਾਬਿਆਂ ਨੇ ਸਤਸੰਗ ਸੁਣ ਕੇ ਆਈ ਆ ਆਉਂਦੀ ਦਾ ਜਲੂਸ ਕੱਢਣ ਲੱਗਿਆ ਚੱਲ ਅੰਦਰ ਚੱਲ ਕੇ ਗੱਲ ਜਿਹੜੀ ਗੱਲ ਕਰਨੀ ਆ ਫੜਾ ਚਾਬੀ ਫੜਾ ਨਾਲ ਲੈ ਜਾਂਦੀ ਆ ਚਾਬੀ ਐ ਨਹੀਂ ਵੀ ਚਾਬੀ ਦਾ ਫੜਾ ਜਾ ਬੰਦਾ ਦਾਦਾ ਬੈਠਾ ਤੂੰ ਥੱਕ ਗਿਆ ਹੋਰਨਾਂ ਦਾ ਸਿੱਧੇ ਕਿਹੜੇ ਹਲ ਬਾਉਣੇ ਨੇ ਉਹ ਤਾਂ ਐਂ ਵੀ ਕਹਿੰਦੇ ਨੇ ਵੀ ਪਤੀ ਦੀ ਸੇਵਾ ਕਰਿਆ ਕਰੋ ਇੱਥੇ ਪਤੀ ਰੋਲਿਆ ਫਿਰਦਾ ਹੁਣ ਮੈਂ ਦੱਸ ਕਿਹਨੂੰ ਕਹਾਂ ਵੇ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਜੇ ਬਾਗੀ ਦਾ ਨਾਲੇ ਤੂੰ ਕੱਲ ਨੂੰ ਮੇਰੇ ਨਾਲ ਚੱਲੀ ਚੰਗਾ ਦੇਖੀ ਤੇਰੀ ਵੀ ਸੁਰਤ ਟਿਕਾਣੇ ਆ ਜਾਏਗੀ ਇੰਨੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਨੇ ਉਵੇਂ ਗਰਮ ਹੋ ਜਾਣਾ ਨਾਲੇ ਮੈਂ ਹੁਣ ਜਦੀ ਜਾਇਆ ਕਰੋ ਤੈਨੂੰ ਦੱਸ ਕੇ ਜਾਇਆ ਕਰੋ
राजीनामा कराओ साडी राजीनामा कराओ भला असि आप घर दे रोने कि उधरले बाड़े च बाथला फेर लैके जाऊ पहला आ लै जा एक गेड़ा इधर ना ला दा मैं लिया आंडे सेट भी पाया पे पक्का किसी ने जिन का मोहनी का टूना मिला के करता है भी इन्हों का घर उजड़ जे बुरा इन्हों ना जमीन ना लवावे इन्हों दियां मज्जां दुद्ध ना देन मज्जां बीमार हो जान हाए मैं मर जा पक्का किसी ने साडे मज्जां दे किले बांधते हैं भी इन्हों दे हरिया भरिया घर हो भी ना कदे देख ला पता नहीं केड़ी सौकण का बेड़ा बह गया है पता नहीं केड़ी मेरे ते खुंदक कढ़ गई कि थोड़ा बहजे बेड़ा थोड़ा कख ना रहे कि हो जाओ तुसी डड्डी हो मेरी सौकण देख ला तुहानू साडा ही फाड़ा मिलिया सीगा है नी मैं तो सारे का भला कर दिया केड़ी भी ऐसी जी माड़ी सोच हो गई जड़ी मेरिया जड़ा च बह गई आए रब्बा आए कर दिया पत्थर तो फेर ही लेके चलूंगी पहला यदा इंतजाम करा मैं की करा मैं आए कर टिब्बे आए बाबे को चल दी ओनू जाके दस दी भी आ करतूत की पैया किसी ने मेरिया सौकड़ा आपदा खा खा के पसर जा ने ला के ना लेपा पोची ते मजा डाह लेंदिया ने ते मैनू जरदिया नहीं कम कर दी लोगों की मचदियाँ इनिया मचदियाँ ना भी सारा दिन क्यों कम करती फिरती है ये मंजे ते पाई जी मैनू सारा पता मैनू मंजे ते पाउण दे तरीके आ लोगों के हाय रब्बा दबा दब जाके ना मैं तो घरे गा मैं डरती डरती नहीं हैगी नाले मैनू भूत किवें चुंबड़ जूगा मैं तो आए करती हाँ ये लिफाफा जहा बठल च धरके ना ये घरे लेके चलती हाँ घरे जाके दिखाउनी आ भी आ देख ला पता नहीं किदा बेड़ा पै गया मुझे तो कही नहीं है ना मर जाओ तुसी थोड़ा पाई जे पटाका मेरिया सौकणा ना हो मेरिया सौकणा दे पाई जान कीड़े प्लास्टर काले मैं तो कहनी हाँ गोली ना बनाई कम तड़फण तड़फण संभाल के A few moments later. हेलो सोना वे छेती आ की हो गया वे होना की आ आ देख बाड़े च किसी ने टूना करता अगर देख ला कमेंट वे ना हाथ ला ना ला वे तैनु दिखाउण नु आ दिखाउण नु करो जिन लोग बाहर कर देने तू बाहर अंदर ले रे मैं होण मैं की करा तू ए कर इनु रख दे मैं ना हाथ ला ओए होए वे तेरा पैजे बेड़ा मैं टूड़ा किता है समान दा वे ना ला जे ना कोई पता नहीं जा अरे आन दे ओए पुछ मेरा सारा सामान आना खाए कर फड़ा दे ओ खट फड़ा दे तेरे बता दा छोड़ दे ओए यार दे कर दे वे तू छोड़ दे छोड़ दे खट जा आप दे जा खट जा वरना करी ओ मैं बनू मैं पुछ जी खट जा खट जा मैं खो बैठा मैं कह दी कि सामान आप को घर ही पहुंच दिया दी ਟੁੱਟ ਪੈਣਾ ਐ ਕਰਦੀਆਂ ਮੈਂ ਹੀ ਚਾਹਦੀਆਂ ਕਿਤੇ ਲੈ ਕੇ ਇਹਨੂੰ ਨਾ ਐ ਕਰਦੀਆਂ ਗਰਨ ਗਰਨ ਟਿੱਲੇ ਵਾਲੇ ਬਾਬੇ ਕੋਲ ਚੱਲਦੀਆਂ ਉਹੀ ਦੱਸੂਗਾ ਵੀ ਇਹ ਕਾਹਦੇ ਕਾਹਦੇ ਤੇ ਟੂਣਾ ਕੀਤਾ ਹੋਇਆ ਲੈ ਦੱਸ ਪਤਾ ਨਹੀਂ ਕੀੜਾ ਪੇੜਾ ਬਹਿ ਗਿਆ ਹੈ ਵੀ ਭਲਾ ਮੈਂ ਦੀ ਸੀ ਟੂਣਾ ਕਰਨ ਵਾਸਤੇ ਹੋਰ ਕੋਈ ਪਿੰਡ ਚ ਘਰ ਹੀ ਨਹੀਂ ਵੱਸਦਾ ਗਾ ਹੈ ਚੱਲ ਚੱਲਦੀ ਹਾਂ ਮੈਂ ਕੀ ਹੋ ਗਿਆ ਕੀ ਦੱਸ ਮੇਰੀ ਛੇਤੀ ਆ ਵੀ ਕੀ ਹੋ ਗਿਆ ਦੱਸ ਤਾਂ ਸਹੀ
नहीं मेरी गल सुन, आ साडे दा ना बाड़े च किसी ने टूना करता, चल पापे को चलिए हो गया वा? मरदा है जो? हाँ हाँ पानी तो छोड़ी आ मुंडा गल तो सही कह के गया, चल चल देंगे फिर। रोटी होर बथेरे खाने वादू घर मेरे साले भी आ मेरे वाली नूह है कुद के पी है मुंडा साला ओके मगर लगे पे मैं दस की करा तेरे घर वाली भाल दी फिरदी तेनू घर वाली घरे कि मेरा साला जी महीना हो गया नहा गई हुई है हले तक नहीं आई मेन तो नहीं लगता साली ने कि लभ मैरिज ना करा ली हो तू घरे वगदा फिर भी घर तक घरे हों मैं मुड़ी जाता मेरा साला पता लगे एला जगरूपा बुढ़े नाल दे फिर दीदी मुंडा नाले नू फिर कहते बुढ़े रोटी लेंदे दसने आप नहीं है बुद्धा सियाण तू सियाने की गल तो खैर सियानी होंगी है किसी की गल तो मन लेंदी है जे मेरे साले ओह निकम्मे ने यह तो नहीं निकम्मे है नाले पिंड च गल हो जाएगियाँ घर तो जाना ही पेगा चलते हैं पर एक गल है घरें जो मेरी नूह कहूगी चाह पी लै मैं कहूँगा फिर कहू कहूगी दुध पी लै मैं कहूँगा जे मेरा जग्गा पुत मैनू कहूगा बापू पैग ला लै चल फिर ला लें हाँ चलते हैं पता की जे अज ना गौर की कल फिर कोई होर नुकसान करूगा अपना नाले मेरी गल सुन जाके नहा के ना लीड़े बदल ली ते हाँ जलदा छिट्टा दे दी सारे घर च नहीं भैने जलदा छिट्टा तो देऊंगी वो तो इनू पता तो है असी राड़े वाले संतां दे जांदे हुंदे सीगे उत्थों दा जल मेरे को दा करे हजे भी लियांदा पिया मैं तो जाके छिट्टा दे दूंगी भी हे परमात्मा जिन्हें साडे ते कीता ओहदे ते पाई मैं तो झोली लड़दी हाँ भी मेरे ते पता नहीं कौन कर गया है मैं तो अज तक नहीं किसी का माड़ा सोचा मैं जदों की सुरत संभाली मैं अज तक किसी ते ना कोई टूना ना कोई टप्पा हजे माड़ी मोटी लड़ाई पढ़ाई चाहे हो जे भैने करके भी की लेना सुख नाल रंग लगे है आपां क्यों आवें इहो जिहा काम करिए नाल मेरी गल सुन जे आपां टाइम नाल आ जांदियां ना बाबे कोले भीड़ नहीं हुंदी तां ते लेट करता थोड़ा जिहा हुण मैनूं की पता सीगा मैं टूना कीता पिया जे मैनूं पहलां पता लग जांदा ते मैं पहलां आ जांदी ना तूं हुण गई सी वाड़े च नहीं मैं तां हजे गई ओ सीगी इक पाथी नूं हथ लाया जदों मैं देखिया वी जय खाने दा आ लफाफा जिहा की पिया पहलां तां मैनूं ऐ हो गया वी उही पिया लफाफा अच्छा जदों मैं देखिया हथ ला के भैणे मेरे तो रोम रोम हो गया सप जा तो नहीं लगता तू मेन आ जा होर पंगा पा नवा लगता तो आई जिम्मे सप जा देखी नी तू चुप रह पड़िए तेन पता तो है किनारे किनारे ए कुछ ही तू पासे आसे देख ही ना बस मैं बाला डर दी घर भी नहीं खड़ी पता नहीं किधर भाग गई हूं तोड़ू बिना दस आई ने अज दसू पता इन्हों किधर जा रहा बिना दसे जिमें बाबे ने कहा उवें आप कर देंगे होर आ जा करो दम देने चल सुनती है खर्चा
ਬੇ ਆ ਜਾ ਆ ਜਾ ਇਹਨੂੰ ਵੀ ਬਾਲਾ ਫਿਕਰ ਆ ਟੂਣੇ ਦਾ ਸੱਚੀ ਹੋਰ ਲਾ ਹੁੰਦਾ ਇਹਨੂੰ ਐ ਦਾ ਜਾਨੀ ਕਿੱਥੇ ਤੂੰ ਓਹੋ ਬੇ ਜਾਣਾ ਕਿੱਥੇ ਟਿੱਲੇ ਵਾਲੇ ਬਾਬੇ ਦੇ ਚੱਲੀ ਆ ਉੱਥੇ ਕੀ ਆ ਬੇ ਆ ਟੂਣਾ ਜਿਹੜਾ ਐਡਾ ਕੀਤਾ ਉਹਦਾ ਪੁੱਛੜ ਚੱਲੀ ਆ ਵੀ ਕਾਹਦਾ ਕਾਹਦਾ ਕਰਤਾ ਕਿਸੇ ਨੇ ਆਏ ਓਏ ਗੁੱਤ ਪਿੱਛੇ ਮੱਤ ਰਹੀ ਓਏ ਮੈਨੂੰ ਐ ਦਾ ਦੱਸ ਦੇ ਮੈਂ ਪਹਿਲਾਂ ਪੀ ਕਿਦਾਂ ਹਟੇ ਨੂੰ ਮੈਨੂੰ ਤਾਂ ਕੁਝ ਹੋਇਆ ਨਹੀਂ ਗਿਆ ਓਹੋ ਬੇ ਕਹਿੰਦੇ ਟੂਣੇ ਦਾ ਅਸਰ ਲੇਟ ਹੁੰਦਾ ਨਾ ਸੀ ਨਾਲ ਨਹੀਂ ਹੁੰਦਾ ਭੈਣੇ ਆਹ ਜਿਹੜੀ ਦੇਸੀ ਦੀ ਬੋਤਲ ਦੀ ਅੱਡੀ ਉਹਦੀ ਘੁੱਟ ਭਰ ਗਿਆ ਬੂ ਮੈਂ ਮਰ ਜਾ ਬੇ ਬਾਈ ਹਾਏ ਬੇ ਓਟ ਮੇਰੀ ਗੱਲ ਸੁਣਾ ਤੂੰ ਤਾਂ ਆਪਦੇ ਘਰ ਦੇ ਕੰਟਰੋਲ ਚ ਨਹੀਂ ਹੈਗੀ ਓਏ ਤਾਂ ਮੇਰੇ ਕੰਟਰੋਲ ਜਾ ਤੂੰ ਜਾ ਕੇ ਦਿਖਾ ਤੇ ਬਾਬੇ ਤੇ ਬੇ ਕੰਟਰੋਲ ਤੂੰ ਕੀ ਕਰੇਗਾ ਆ ਉਤੋਂ ਸੈੱਟ ਜਾ ਵੀ ਸੜਕ ਲਿਆ ਤੂੰ ਭੈਣੇ ਇਹਨੂੰ ਕੁਝ ਹੋ ਪਿਆ ਤੂੰ ਪਹਿਲਾਂ ਚੱਲ ਪਾ ਉੱਥੇ ਜਾ ਕੇ ਰਹੂਗੀ ਓ ਮੇਰੀ ਗੱਲ ਤਾਂ ਸੁਣ ਲੈ ਮੈਂ ਕੀ ਸੁਣਾ ਮੱਟੀ ਵੀ ਫਿਰੇ ਨਹੀਂ ਇਹਨੂੰ ਅਸਰ ਹੋ ਗਿਆ ਦਿਮਾਗ ਤੋਂ ਕੰਮ ਲੈ ਦਿਮਾਗ ਤੋਂ ਬੇ ਇਹਨਾਂ ਚੀਜ਼ਾਂ ਦਾ ਅਸਰ ਟਾਈਮ ਪਾ ਕੇ ਹੁੰਦਾ ਨਾ ਆਪਦੀ ਨਾਲ ਨੀ ਹੁੰਦਾ ਕਿਉਂ ਬੋਲਾ ਹੋਇਆ ਮੇਰਾ ਦਿਮਾਗ ਖਰਾਬ ਹੈ ਓਏ ਦਿਮਾਗ ਮੇਰਾ ਨੀ ਖਰਾਬ ਦਿਮਾਗ ਤੇਰਾ ਖਰਾਬ ਆ ਜਿੱਦਾਂ ਬੱਗੀ ਜਾਂ ਮਲਾਜਾ ਪੈ ਜਾ ਮੇਰੀ ਇੱਕ ਗੱਲ ਨੀ ਮੰਨਦੀ ਹੈਗੀ ਪੈਰ ਤੇ ਪਾਣੀ ਨੀ ਪੈਣ ਦਿੰਦੀ ਲੈ ਬਈ ਮੈਂ ਕੀ ਕਹਿਣੀ ਆ ਹੈ ਤੂੰ ਨਾ ਥੋੜੇ ਹੋਇਆ ਉੱਤੋਂ ਮੈਂ ਨਾਲ ਆਈ ਉੱਤੋਂ ਤੂੰ ਚੜ ਚੜ ਪੈਣਾ ਹੈ ਜਾਲੀ ਸਿਰ ਚੜੀ ਜਾਣਾ ਤੂੰ ਤੇਰੀਆਂ ਵੀ ਲੱਤਾਂ ਤੋੜ ਦੂੰ ਤੇਰੇ ਕਾਲੀ ਦਾ ਤੂੰ ਬਾਜ ਨਹੀਂ ਆਉਂਦੀ ਹਾਏ ਬਈ ਥੱਲੇ ਕਾਟਾ ਕਰੂੰ ਥੱਲੇ ਕਰ ਮੇਰੀ ਗੱਲ ਸੁਣ ਕਿਉਂ ਖੇਤਾਂ ਵਾਲੀ ਪਹੀ ਤੇ ਜਲੂਸ ਕੱਢਣ ਲੱਗਿਆ ਹੈ ਬਈ ਉਹ ਦੇਖਦਾ ਕਿੱਡੀ ਦੂਰ ਦੂਰ ਤੱਕ ਬੰਦੇ ਮੂੰਹ ਚੱਕ ਚੱਕ ਕੇ ਦੇਖਦੇ ਨੇ ਬਈ ਉਹਨਾਂ ਨੂੰ ਥੋੜੀ ਪਤਾ ਵੀ ਟੂਣਾ ਹੋਇਆ ਉਹਨਾਂ ਤੋਂ ਸੋਚਣਾ ਪਤਾ ਨਹੀਂ ਕੀ ਗੱਲ ਹੋ ਗਈ ਜਨਾਨੀਆਂ ਦੇ ਮਗਰ ਪੈ ਗਿਆ ਮੈਂ ਧੰਨ ਜਿਗਰਾ ਇਹਦਾ ਜਿਹੜੀ ਮੇਰੀ ਇੱਕ ਬਾਜ ਤੇ ਮੇਰੇ ਨਾਲ ਤੁਰ ਪਈ ਹੈ ਬਈ ਅੱਜ ਕੱਲ ਤਾਂ ਗਵਾਂਢਣਾ ਵੀ ਦੁਸ਼ਮਣ ਹੁੰਦੀਆਂ ਇਹ ਦੁਸ਼ਮਣ ਭਲੇ ਦਾ ਜਾਣ ਅੱਜ ਕੱਲ ਤਾਂ ਭਲਾਈ ਦਾ ਟਾਈਮ ਹੀ ਨਹੀਂ ਹੈਗਾ ਉਹ ਕਹਿੰਦੇ ਨਹੀਂ ਹੁੰਦੇ ਪੁੰਨ ਨੂੰ ਘਸੁੰਨ ਮਿਲਦੇ ਨੇ ਜਿੰਨਾ ਕਿਸੇ ਦਾ ਚੰਗਾ ਕਰ ਉਹਨਾਂ ਆਪਦੇ ਪੈਰਾਂ ਨੂੰ ਮੰਨ ਚੱਲ ਕੋਈ ਨਹੀਂ ਭੈਣੇ ਮੈਂ ਮਾਫੀ ਮੰਗਦੀ ਆ ਚਲ ਆ ਜਾ ਇਹਨੇ ਤਾਂ ਜਿਹੜਾ ਸਾਡੇ ਵਾਸਤੇ ਮਾਫੀ ਮੰਗਣੀ ਆ ਤੋ ਤੇ ਚੱਲ ਚੱਲ ਘਰੇ ਤਾਂ ਜਾਣੀ ਪਊਗਾ ਆਏ ਬੋਤੇ ਰਾਮਾ ਕਿੰਨਾ ਕਿਤੇ ਟਲਦਾ ਫਿਰੇਗਾ ਚੱਲ ਚੱਲਦੇ ਹਾਂ ਘਰ ਵੀ ਫਿਰ ਸੁਣੋ ਜੇ ਸੰਗਲ ਪਾ ਕੇ ਰੱਖਿਆ ਕਰਾ ਨਾਲੇ ਮੇਰਾ ਵੀ ਲਈ ਫਿਰਦੀ ਆ ਇਹ ਉਹ ਫਿਰਦੀ ਤਾਂ ਨਹਿਰ ਤੇ ਤੇਰੇ ਵਾਲੀ ਮੈਨੂੰ ਲੈ ਕੇ ਗਈ ਸੀ ਆ ਫੂੰ ਦੇਖ ਲਾ ਜੱਗੇ ਨੂੰ ਦੇਖਦਾ ਜੇ ਘਰੇ ਹੋਊਗਾ ਅੱਜ ਦੱਸਦੀਆਂ ਵੀ ਪ੍ਰਾਹੁਣੇ ਨੇ ਫੋਨ ਕਰਿਆ ਸੀ ਅੱਜ ਐਂ ਕਹਿੰਦਾ ਸੀ ਮੁੜਕੇ ਨੀ ਕੁੜੀ ਨੂੰ ਕੁੱਟਦਾ ਵੀ ਕਿਹੜਾ ਹੋਰ ਦੇਖ ਲਓ ਤੋਰ ਕੇ ਜੱਗੇ ਨਾਲ ਕਰਦੀਆਂ ਕਿਵੇਂ ਲੱਤਾਂ ਜਿਹੀਆਂ ਮਸਲੀਆਂ ਨਹੀਂ ਹੈ ਕੁਛ ਨੀ ਹੋਇਆਗਾ ਆ ਮੈਂ ਨਾ ਲੀੜੇ ਪਾਉਣ ਚੜ ਗਈ ਰਬੜ ਕੇ ਅੱਛਾ ਕੋਠੇ ਤੇ ਹਾਂ ਉਹ ਪੌੜੀ ਦਾ ਟੰਬਾ ਟੁੱਟ ਗਿਆ ਅੱਛਾ ਮੇਰਾ ਤਾਂ ਗਿੱਟਾ ਮੁੱਜ ਗਿਆ ਪੁੱਛ ਨਾ ਇਹਨੇ ਚੀਜ਼ ਪਾਈ ਦੀ ਆ ਇਹਨੇ ਚੀਜ਼ ਪਾਈ ਦੀ ਆ ਬੁਰੇ ਹਾਲ ਹੋਇਆ ਪਿਆ ਚਲ ਇਹ ਤਾਂ ਛੱਡ ਪਰਾਂ ਬੁੜਾ ਮਿਲ ਗਿਆ ਤੁਹਾਡਾ ਲੈ ਨਾ ਸਾਡਾ ਬੁੜਾ ਤਾਂ ਇਹ ਬੁੜੇ ਦੀ ਕੀ ਲੱਗਦੀ ਆ ਇੰਡੀ ਚਿੰਤਾ ਕਰੀ ਆ ਨਾ ਮੈਂ ਨਾ ਸੁਣਿਆ ਸੀਗਾ ਕਹਿੰਦੀ ਬੁੜਾ ਨਹੀਂ ਮਿਲਦਾ ਕਈ ਦਿਨ ਗੁੰਮ ਹੋ ਰਿਹਾ ਬੁੜਾ ਉਹਨਾਂ ਦਾ ਆਹੋ ਭਾਈ ਹਾਂ ਨੁਹਾਣ ਪਿਆਰਾ ਫਿਕਰਤਾ ਹੋ ਹੀ ਜਾਂਦਾ ਹਨਾ ਮੇਰੀ ਗੱਲ ਸੁਣ ਲੋੜ ਨੀ ਹੈਗਾ ਜਿਵੇਂ ਉਹਨੇ ਕੁੱਟ ਕੇ ਕੱਢੀ ਆ ਨਾ ਇੱਥੇ ਪਹਿਲੀ ਹੱਥ ਲਾ ਕੇ ਫੇਰ ਲੈ ਕੇ ਜਾਊਗਾ ਜੇ ਤੁਸੀਂ ਫੇਰ ਭੇਜਤੀ ਉਹਨੇ ਤੁਹਾਡੇ ਉੱਤੋਂ ਦੀ ਲੱਤ ਰੱਖ ਲੈਣੀ ਆ ਲੈ ਮੈਂ ਕਿਹੜਾ ਲੈਣ ਆਇਆ ਸੀ ਮੈਂ ਕਿਹੜਾ ਕਿਹਾ ਸੀ ਆਪੇ ਛੱਡ ਕੇ ਗਏ ਨੇ ਤੈਨੂੰ ਪਤਾ ਇਹ ਜੇ ਬੰਦੇ ਦਾ ਮਰੇ ਮੁੱਕਰੇ ਦਾ ਕੋਈ ਸਵਾਲ ਨਹੀਂ
अपने कोई गल नी सुनी कहना जो माए आख्या मेरे बिना कहे कुड़ी तोरनी नी तुसी आपो बाहर होके फिर तोरती ना ठीक है फिर बस जिवें तुसी कहने होगे तेन पता लगे साडे बुढ़े का माड़ा जिहा दस दी मैनू चल मैं करा उजड़े हो लांबे दवा डांग मारी भला ਵੀ ਮਾੜਾ ਮੋਟਾ ਮਾਰਨ ਲੱਗਾ ਵੇਖਦਾ ਲੈ ਵੀ ਕੰਮ ਘਰ ਦਾ ਕੌਣ ਕਰੂਗਾ ਹੈ ਚੱਲ ਲੱਤ ਤਾਂ ਮੇਰੀ ਠੀਕ ਆ ਜਾਂਦੀ ਬੋਲਦੀ ਤਾਂ ਮੈਂ ਵੀ ਵੈਸੇ ਮਾੜਾ ਹੀ ਆ ਬਾਪੂ ਜੀ ਨੂੰ ਹਨਾ ਜੇ ਕਿਤੇ ਬਾਪੂ ਜੀ ਘਰੇ ਆ ਜਾਣ ਨਾ ਤੇ ਘਰ ਦੀ ਰੌਣਕ ਵੱਧ ਜੇ ਆ ਜਦੋਂ ਦੇ ਬਾਪੂ ਜੀ ਘਰੋਂ ਪੈਰ ਚੱਕਿਆ ਤਾਂ ਅੱਧੀ ਘਰ 'ਚ ਰੌਣਕ ਹੀ ਹੈ ਨੀ ਸੁੰਨਾ ਸੁੰਨਾ ਲੱਗੀ ਜਾਂਦਾ ਸੱਚੀ ਵੱਡੇ ਬਜ਼ੁਰਗ ਤਾਂ ਵੱਡੇ ਬਜ਼ੁਰਗ ਹੀ ਹੁੰਦੇ ਨੇ ਮੈਂ ਅੱਜ ਤੋਂ ਬਾਅਦ ਬਾਪੂ ਜੀ ਨੂੰ ਮਾੜਾ ਨਹੀਂ ਬੋਲਣਾ ਗਾ ਇੱਕ ਵਾਰ ਬਾਪੂ ਜੀ ਘਰੇ ਆ ਜਾਣ ਬਸ जे तुसी छड्या फिर कुट दूगा ना सरपंच छोड़न लगे ना फिर मैं लगे ठीक है पुत मैं बब्बू मैं कहने जगे ना आ जाए जगे ना राय करा गे सरपंच तोरा गे आए कैसे कहना मैं माफी मांग लाना कहना तेरा छड के देख लो तो पता की गल हूं सो तो माफी मांग लूगा दोबारा फिर कुट दूगा उ आके माफी मंगावे सानू पंचायत तू पता लगू ना मेरी गल सुन जो अपने मगर डांग लैके पै गया सपा भजी मेनू लगती मेरा कांटा उत्थे गिर गया कि नहीं लगती नहीं डिग ही गया हाँ तू मेरी गल सुन भैने तू कांटे नू रोनी है मेरा तो देख आ देख मार के डांग ना गिट्टा सजा रखे ठीक है ते नाले मेरी एक गल होर सुन ला एक दो तीन चुप करके भज आने वाला गा फिर ना कि दूजा गिट्टा तोड़ दे मेनू लगता तो आप ही डिगू फिर नहीं मेरी गल सुन गिट्टा तो ठीक हो जाएगा मेनू आई दा हीला कर दे मैं तो चित्तर पहन के करे मैं तेनू यह कहनी है जी आके उन्हें दोबारे डांग चक ली ना तो हीला मिनट च कर दू भग जा रब दा वास्ता भग जा नहीं भग जा तू ए मेरा दूजा गिट्टा तड़ाऊगी दस है मैं तेनू आखिया से एडे एडे पा के चल बापू घरे आ जे है घर देख ला खान नू आउंदा गा ओ मैं भी गुरुद्वारे मत्था टेकया जी मैं बापू घरे आ जी बापू बिना किथे जी लगदा घर बह जा चाह पा के लाउंगी खेत दरख्त छांगने ने उधर ही पई होनी सलूख जाले पासे पई हुंदी आ चल ठीक है फिर मैं
ਸਾਰੀ ਜਗਨਾ ਉਧਰ ਚੰਗਾ ਚੰਗਾ ਸਾਨੂੰ ਪਤਾ ਨਹੀਂ ਕਿੱਥੇ ਖਾਲੀ ਰੱਖਦੇ ਨੇ ਆਹ ਹਾਲ ਫਰਕ ਪਿਆ ਗਾ ਉਹ ਹੁੰਦਾ ਤੂੰ ਹਾਲ ਹੁੰਦਾ ਲੱਗਦਾ